ਮੈਂ ਦੱਸ ਦਿੰਦਾ ਇਹਨਾਂ ਦਾ ਇੱਕ ਕੰਮ ਮੈਂ ਦੱਸ ਦਿੰਦਾ ਭਾਈ ਮੇਰੀ ਗੱਲ ਸੁਣ ਲਓ ਹੱਥ ਬੰਨ ਕੇ ਭਾਈ ਇੱਕ ਕੰਮ ਇਹ ਤਾਂ ਨਹੀਂ ਗਿਣਾ ਸਕੇ ਮੈਂ ਗਿਣਾ ਦਿੰਦਾ ਇਹਨਾਂ ਦੇ ਐਮ ਪੀ ਸਾਹਿਬ ਨੂੰ 5 ਸਾਲ ਚ 25 ਕਰੋੜ ਮਿਲਿਆ ਇਹ 19 ਕਰੋੜ 66 ਲੱਖ ਵੰਡ ਸਕੇ 4 ਕਰੋੜ 34 ਲੱਖ ਵੰਡ ਨਹੀਂ ਸਕੇ 5 ਕਰੋੜ 34 ਲੱਖ ਕੰਮ ਇਹਨਾਂ ਦੇ ਗਿਣ ਲਓ ਜੀ ਇਹਨਾਂ ਦਾ ਜਵਾਬ ਪ੍ਰਧਾਨ ਜੀ ਦੇ ਨਾ ਬੀਜੇਪੀ ਨੇ ਕਿਉਂਕਿ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਸੈਂਟਰ ਨੇ ਪੰਜਾਬ ਦੇ ਲਈ ਕੀ ਕੀਤਾ ਆਨੰਦਪੁਰ ਸਾਹਿਬ ਦੇ ਲਈ ਕੀ ਕੀਤਾ ਅਗਰ 5 ਕੰਮ ਬੀਜੇਪੀ ਗਿਣਾ ਸਕੇ ਸਰਬਪੱਖੀ ਵਿਕਾਸ ਹੈ ਜੀ ਜਿਹੜਾ ਪੂਰੇ ਹਿੰਦੁਸਤਾਨ ਦਾ ਕੱਲੇ ਆਨੰਦਪੁਰ ਸਾਹਿਬ ਦਾ ਨਹੀਂ ਮੈਂ ਕਹੂੰਗਾ ਪੂਰੇ ਪੰਜਾਬ ਲਈ ਕੀ ਕੀਤਾ 5 ਕੰਮ ਪੰਜਾਬ ਲਈ 5 ਕੰਮ ਦੱਸ ਇੱਕ ਸੈਕਿੰਡ ਕਿਸਾਨਾਂ ਨੂੰ ਜ਼ਰੂਰ ਜ਼ਿਆਦਾ ਕਿਸਾਨਾਂ ਨੂੰ ਮਾਰਿਆ ਗਿਆ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਤਿੰਨ ਰੇਲਵੇ ਸਟੇਸ਼ਨ ਇੱਦਾਂ ਨੀ 5 ਕੰਮ ਤੁਹਾਡੇ ਕੋਲ ਪੁੱਛ ਲੇ ਇੱਕ ਮਿੰਟ ਕਿਸਾਨਾਂ ਦੀਆਂ ਸ਼ਹਾਦਤਾਂ ਸਭ ਤੋਂ ਵੱਡੀ ਪੰਜ ਕੰਮ ਦੱਸ ਗੱਲ ਹੈ ਜੀ ਲੋਕ ਸਭਾ ਦੇ 4 ਜਿਹੜੇ ਮੇਜਰ ਰੇਲਵੇ ਸਟੇਸ਼ਨ ਆ ਉਹਨਾਂ ਨੂੰ ਨਵੇਂ ਜਿਹੜੇ ਪ੍ਰੋਜੈਕਟ ਆ ਉਹਦੇ ਤਹਿਤ ਸਾਰਿਆਂ ਦਾ ਸੁੰਦਰੀਕਰਨ ਤੇ ਸਾਰਿਆਂ ਨੂੰ ਅਪਗ੍ਰੇਡ ਕੀਤਾ ਬਾਕੀ ਵੰਦੇ ਭਾਰਤ ਟ੍ਰੇਨ ਚੱਲੀ ਵੰਦੇ ਭਾਰਤ ਟ੍ਰੇਨ ਦਾ ਜਿਹੜਾ ਸਟਾਪੇਜ ਆ ਉਹ ਆਨੰਦਪੁਰ ਸਾਹਿਬ ਚ ਰਖਾਇਆ ਗਿਆ ਖਾਲਸੇ ਦੀ ਜਨਮ ਦੂਸਰਾ ਵੱਡਾ ਕੰਮ ਪ੍ਰੋਜੈਕਟ ਹੈ ਜਿਹੜਾ ਆਨੰਦਪੁਰ ਸਾਹਿਬ ਦੀ ਹਾਈਵੇ ਚੋਂ ਇੱਦਾਂ ਨੀ ਇੱਦਾਂ ਕੋਈ ਸਮਝ ਨਹੀਂ ਆਣੀ ਗਿਣਾ ਦੋ ਮੈਂ ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਗੱਲ ਆਨੰਦਪੁਰ ਸਾਹਿਬ ਕੌਂਸਟੀਚੁਐਂਸੀ ਦੀ ਹੋ ਰਹੀ ਹੈ ਲੋਕ ਸਭਾ ਦੀ ਰੋਪੜ ਦੀ ਨਹੀਂ ਹੋ ਰਹੀ ਸੋ ਆਨੰਦਪੁਰ ਸਾਹਿਬ ਲੋਕ ਸਭਾ ਕੌਂਸਟੀਚੁਐਂਸੀ ਦਾ ਹਿੱਸਾ ਹੈ ਇੱਕ ਮਿੰਟ ਸਭ ਤੋਂ ਵੱਡਾ ਤੇ ਅਖੀਰਲਾ ਕੰਮ ਸੁਣ ਲਿਓ ਤੁਸੀਂ ਮੇਰੀ ਬੇਨਤੀ ਸੁਣੋ ਇੱਕ ਮਿੰਟ ਜਰਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਕਿਸਾਨ ਨਿਧੀ ਯੋਜਨਾ ਦੇ ਤਹਿਤ ਜਿੰਨਾ ਵੀ 6,000 ਰੁਪਿਆ ਸਾਲਾਨਾ ਆਉਂਦਾ ਉਹ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਜ਼ਿਮੀਦਾਰ ਨੂੰ ਕਿਸ ਪਾਰਟੀ ਨਾਲ ਆ ਕਿਸ ਉਹਦੇ ਨਾਲ ਸੰਬੰਧਿਤ ਹੈ ਸਿੱਧਾ ਅਕਾਊਂਟ ਦੇ ਵਿੱਚ 2,000 ਰੁਪਇਆ ਹਰੇਕ ਕਿਸਾਨ ਦੇ ਆਉਂਦਾ ਸਰ 4 ਕੰਮ ਜਿਸ ਤਰ੍ਹਾਂ ਦੇਖੋ ਗਰੀਬਾਂ ਨੂੰ ਮੇਰੀ ਗੱਲ ਸੁਣੋ ਗਰੀਬਾਂ ਨੂੰ ਲੋਨ ਦਿੱਤਾ ਘਰ ਬਣਾਉਣ ਵਾਸਤੇ ਸੁਚਾਲਿਆ ਦਾ ਲੋਨ ਦਿੱਤਾ ਅੱਜ ਵੀ ਜਾ ਕੇ ਤੁਸੀਂ ਆਪਣੇ ਸ਼ਹਿਰ ਚ ਇੱਥੇ ਬਾਲਮੀਕ ਬਸਤੀ ਹੈ ਉੱਥੇ ਇੱਕ ਇੱਕ ਬੰਦੇ ਨੂੰ ਪੁੱਛੋ ਵੀ ਮੇਰੇ ਪੈਸੇ ਮੇਰੇ ਅਕਾਊਂਟ ਚ ਆਏ ਕਿ ਨਹੀਂ ਆਮ ਆਦਮੀ ਪਾਰਟੀ ਇੱਕ ਸੈਕਿੰਡ ਇੱਦਾਂ ਨੀ ਆਮ ਆਦਮੀ ਪਾਰਟੀ ਨੇ ਪੰਜ ਕੰਮ ਦੱਸੋ ਸਰਕਾਰ ਨੇ ਕੀ ਕੀਤਾ ਸਾਡੇ 13 ਇੱਕ ਮਿੰਟ ਜੀ 5 ਕੰਮ ਗਿਣਾ ਦੋ ਆਮ ਆਦਮੀ ਪਾਰਟੀ ਨੇ ਆਨੰਦਪੁਰ ਸਾਹਿਬ ਲਈ ਤੁਹਾਡੇ ਤਾਂ ਮੰਤਰੀ ਵੀ ਇੱਥੋਂ ਹੈ 5 ਕੰਮ ਦੱਸ ਦੋ ਕਿਹੜੇ ਕੰਮ ਕੀਤੇ ਆਨੰਦਪੁਰ ਸਾਹਿਬ ਲਈ ਜੀ ਸਾਰੀ ਲੋਕ ਸਭਾ ਪੰਜ ਕੰਮ ਦੱਸ ਦੋ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5 ਕੰਮ ਕੀਤੇ ਮੈਂ ਰੋਪੜ ਦੇ ਐਮਐਲਏ ਦੇ ਅੱਜ 13 ਦੇ 13 ਕੰਮ ਸਾਡੇ ਕੋਲ ਲਿਸਟ ਆਈ ਸਰ 13 ਕੰਮ ਦੀ ਲਿਸਟ ਉਹਨਾਂ ਕੋਲ 5 ਕੰਮ ਗਿਣਾ ਦੋ ਆਨੰਦਪੁਰ ਸਾਹਿਬ ਲਈ ਹਜ਼ਾਰ ਇਹਨਾਂ ਨੇ ਵਾਅਦਾ ਕੀਤਾ ਸੀਗਾ 1,000 ਰੁਪਏ ਲੇਡੀਜ਼ ਦਊਂਗੇ ਕਿੱਥੇ ਹੋ 1,000 ਰੁਪਏ
ਏਦਾਂ ਨੀ ਪੰਜ ਕੰਮ ਕਿੰਨਾ ਤਾਂ ਮੰਗਣੇ ਲੇਡੀਜ਼ ਨੇ ਇਹ ਮੰਨ ਰਹੇ ਲੇਡੀਜ਼ ਇਹਨਾਂ ਨੂੰ 1000 ਰੁਪਏ ਲੋੜ ਹੈ ਪੰਜ ਕੰਮ ਦੱਸ ਪੰਜ ਕੰਮ ਇੱਕ ਸੈਕਿੰਡ ਏਦਾਂ ਨੀ ਪੰਜ ਕੰਮ ਆਮ ਆਦਮੀ ਪੰਜ ਕੰਮ ਇੱਕ ਸੈਕਿੰਡ ਟੋਲ ਪਲਾਜ਼ੇ 12 ਬੰਦ ਕੀਤੇ ਹਾਂਜੀ ਦੂਜੇ ਨੰਬਰ ਤੇ ਇੱਥੇ 70 ਲੱਖ ਰੁਪਇਆ ਲਾ ਕੇ ਲਾਇਬ੍ਰੇਰੀ ਬਣਾਈ 1,68,00,000 ਰੁਪਇਆ ਕਾਲਜ ਨੂੰ ਦਿੱਤਾ ਜਿਹੜੀ ITI ਦੇ ਵਿੱਚ ਕਾਲਜ ਸੀਗਾ ਉਹਨੂੰ ਵੱਖ ਕਰਕੇ ਨਵਾਂ ਬਣਾਇਆ ਡਾਕਟਰ ਅੰਬੇਦਕਰ ਭਵਨ ਜਿਹੜਾ ਇਹਨਾਂ ਮੇਰੀ ਜੀਰੋ ਸੀਗਾ ਇਸ ਵੇਲੇ 35 ਲੱਖ ਲਾ ਕੇ ਰੁਪਇਆ ਕੰਮ ਬਣਾਇਆ ਦੂਸਰੇ ਨੰਬਰ ਕਮੇਟੀ ਦੇ ਵਿੱਚ ਫੰਡ ਆਏ ਫੰਡ ਆਏ ਸਿੱਧੀਆਂ ਸਿਰ 'ਚ ਗੋਲੀਆਂ ਮਾਰੀਆਂ 700 ਕਿਸਾਨ ਨੇ ਸ਼ਹੀਦ ਕਰ ਦਿੱਤਾ ਇਹਨਾਂ ਨੇ ਸਿੱਧੀਆਂ ਸਿਰ 'ਚ ਗੋਲੀਆਂ ਮਾਰ ਕੇ 700 ਕਿਸਾਨ ਸ਼ਹੀਦ ਕਰ ਦਿੱਤਾ ਔਰ ਇਹਨਾਂ ਨੂੰ ਮੈਂ ਕਹਿੰਦਾ ਵੋਟ ਮੰਗਣ ਦਾ ਹੱਕ ਕੀ ਹੈ ਯਾਰ ਔਰੰਗਜ਼ੇਬ ਇਹਨਾਂ ਦੇ ਵਿੱਚ ਹਲ ਤੱਕ ਕੈਂਡੀਡੇਟ ਪੰਜਾਬ ਦੇ ਇੱਕ ਮਿੰਟ ਸੰਭੂ ਬਾਰਡਰ ਟੱਪਿਆ ਨਹੀਂ ਸੀ ਪੰਜਾਬ ਦੇ ਵਿੱਚ ਬੈਠੇ ਲਾਅ ਐਂਡ ਆਰਡਰ ਆਮ ਆਦਮੀ ਪਾਰਟੀ ਨੇ ਦੇਖਣਾ ਹਾਂਜੀ ਆਮ ਆਦਮੀ ਪਾਰਟੀ ਦੇ ਕਹਿੰਦੇ ਪੰਜਾਬ ਦੀ ਜੁਡੀਸ਼ਰੀ ਇਸ ਮਾਮਲੇ ਚ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਦੋਨਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ ਜਿੱਥੇ ਭਾਰਤੀ ਜਨਤਾ ਪਾਰਟੀ ਨੇ 760 ਕਿਸਾਨ ਸ਼ਹੀਦ ਕੀਤਾ ਉੱਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸ਼ੁਭਕਰਨ ਮਾਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰਿਆਣਾ ਸਰਕਾਰ ਕੋਲੋਂ ਪੰਜਾਬ ਦੇ ਲੋਕਾਂ ਨੂੰ ਬੁਲਾਇਆ ਗੱਲ ਦੇਖੋ ਪਤਾ ਕੀ ਰੌਲਾ ਇਹ ਦੋਨੋਂ ਪਾਰਟੀਆਂ ਬਹੁਤ ਪਾ ਰਹੀਆਂ ਆਧਾਰੀ ਦੇ ਕੈਂਡੀਡੇਟ ਆ ਦੋਹਾਂ ਕੋਲ ਜੇ ਇਹ ਇੰਨੇ ਹੀ ਸਟਰੋਂਗ ਹੁੰਦੇ ਇਹ ਸੈਂਟਰ ਚ ਜਾਂ ਇਹ ਪੰਜਾਬ ਚ ਇਹਨਾਂ ਨੂੰ ਆਧਾਰੀ ਕੈਂਡੀਡੇਟ ਲੈਣ ਦੀ ਲੋੜ ਨਾ ਪੈਂਦੀ ਕਾਂਗਰਸ ਚੋਂ ਮੰਗੇ ਹੋਏ ਕੈਂਡੀਡੇਟਾਂ ਦੇ ਨਾਲ ਤਾਂ ਇਲੈਕਸ਼ਨ ਲੜ ਰਹੇ ਤੁਸੀਂ ਇਹਨਾਂ ਦੇ ਪੰਜ ਪੰਜ ਕੰਮਾਂ ਦੀ ਗੱਲ ਕੀਤੀ ਆ ਤੁਹਾਨੂੰ ਤਿੰਨੇ ਪਾਰਟੀਆਂ ਦੇ ਕੋਈ ਆਪਣੇ ਪੰਜ ਕੰਮ ਦੱਸ ਨਹੀਂ ਸਕਿਆ ਅਕਾਲੀ ਦਲ ਦੇ ਵੀ ਪੰਜ ਕੰਮ ਸੁਣ ਲਈਏ ਅਕਾਲੀ ਦਲ ਦੇ ਪੰਜ ਕੰਮ ਦੱਸ ਸਾਡੇ ਪੰਜ ਸੁਣੋ ਪਾਸਪੋਰਟ ਦਫ਼ਤਰ ਖੁੱਲਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਸਾਹਿਬ ਪਾਸਪੋਰਟ ਦਫ਼ਤਰ ਕਹਿੰਦੇ ਅਕਾਲੀ ਦਲ ਵਜ੍ਹਾ ਕਰਕੇ ਖੁੱਲਿਆ ਠੀਕ ਆ ਬੰਦ ਚੱਲ ਬੰਦ ਕਰਾਤਾ ਨੰਬਰ ਇਹਨਾਂ ਨੂੰ ਬੰਦ ਦਿਖਦਾ ਹੁਣ ਵੀ ਖੁੱਲਾ ਇਹ ਮੁਸਕਰਾ ਰਹੇ ਆ ਇੱਕ ਮਿੰਟ ਖੜਾ ਬੀਬੀ ਸੁਣ ਲਓ ਇਹ ਸੀਟ ਇੱਕ ਕੁਰਸੀ ਟੇਬਲ ਲਾ ਨੂੰ ਦਫ਼ਤਰ ਗਿਣਦੇ ਨੇ ਜੀ ਇਹਨੇ ਤਰੱਕੀ ਉੱਥੇ ਪਾਸਪੋਰਟ ਸਰਵੇ ਚਾਲੂ ਆ ਦੂਸਰਾ ਕੰਮ ਸੁਣੋ ਸਾਰੇ ਦੂਜਾ ਕੰਮ ਅਨੰਦਪੁਰ ਸਾਹਿਬ ਨੰਗਲ ਤੋਂ ਲੈ ਕੇ ਮੋਹਾਲੀ ਤੱਕ ਨੂੰ ਪਾਈਪ ਲਾਈਨ ਜਿਹੜੀ ਗੈਸ ਪਾਈਪ ਲਾਈਨ ਆ ਉਹ ਪੈਣੀ ਅੱਜ ਵੀ ਕੰਮ ਚੱਲਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਸਾਹਿਬ ਦਾ ਮਨਜ਼ੂਰ ਕਰਾਇਆ ਹੋਇਆ ਕਹਿੰਦੇ ਸ਼ੁਰੂ ਨੀ ਨਹੀਂ ਸ਼ੁਰੂ ਚੱਲ ਗਈ ਆ ਰੋਪੜ ਸ਼ਹਿਰ ਚ ਗੈਸ ਆਉਣੀ ਲੱਗ ਗਈ ਆ ਤੀਸਰਾ ਕੰਮ ਸੁਣੋ ਸ਼ਹੀਦ ਊਧਮ ਸਿੰਘ ਦਾ ਪੁੱਤ ਸ਼ਹੀਦ ਊਧਮ ਸਿੰਘ ਦਾ ਪੁੱਤ ਜਿਹਨੇ ਜਨਰਲ ਡਾਇਰ ਨੂੰ ਲੰਡਨ ਚ ਮਾਰਿਆ ਉਹਦਾ ਪੁੱਤ ਜਿਹੜਾ 100 ਸਾਲ ਚ ਨਹੀਂ ਲੱਗ ਸਕਿਆ ਸੀ ਉਹ ਊਧਮ ਸਿੰਘ ਦੇ ਜਲਿਆਂ ਵਾਲੇ ਬਾਗ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਸਾਹਿਬ ਦੀ ਬਦੌਲਤ ਲੱਗਿਆ ਅਨੰਦਪੁਰ ਸਾਹਿਬ ਦੇ ਵਿੱਚ ਪੰਜ ਕੰਮ ਹਾਂ ਇਹ ਪੰਜ ਇਹ ਲੋਕ ਆਇਆ ਅੱਗੇ ਸੁਣੋ ਦੋ ਹੋਰ ਸੁਣੋ ਅਨੰਦਪੁਰ ਸਾਹਿਬ ਤੋਂ ਹਰਿਮੰਦਰ ਸਾਹਿਬ ਨੂੰ ਜੋੜਨ ਵਾਲੀ ਰੇਲਵੇ ਲਾਈਨ ਲਿੰਕ ਟ੍ਰੇਨਾਂ ਜਿਹੜੀਆਂ ਚਲਾਈਆਂ ਇਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਲੀ ਬਦੌਲ ਚੱਲੀਆਂ ਜੇ ਪੰਜੇ ਤਖ਼ਤਾਂ ਨੂੰ ਹਵਾਈ ਜਹਾਜ਼ ਨਾਲ ਜੋੜਿਆ ਗਿਆ ਉਹ ਉਡਾਨਾਂ ਸ਼ੁਰੂ ਹੋਈਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਲੀ ਦੇ ਪੰਜ ਤਾਂ ਇਹ ਹੋ ਗਏ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਹੋਇਆ ਅਕਾਲੀ ਦਲ ਅਕਾਲੀ ਚੰਦੂਮਾਜਰਾ ਸਾਹਿਬ ਨੇ ਸਾਰੇ ਦਾ ਸਾਰਾ ਫੰਡ ਹੈ ਜਿਹੜਾ ਪਟਿਆਲੇ ਜਾ ਕੇ ਆਪਣੇ ਮੁੰਡੇ ਲਈ ਖਰਚੇ ਇਹ ਬਹੁਤ ਬੜੀ ਉਪਲਬਧੀ ਹੈ ਇਹ ਪਾਸਪੋਰਟ ਦਾ ਕੰਮ ਮਾਜਰਾ ਸਾਹਿਬ ਇੱਥੋਂ ਜਿੱਤ ਕੇ ਨਾ ਪਟਿਆਲੇ ਜਾ ਕੇ ਬਹਿ ਗਏ ਇੱਥੇ ਕਦੀ ਬੜੇ ਨਹੀਂ ਮੁੜ ਕੇ ਮੇਰੀ ਗੱਲ ਸੁਣ ਲਓ
ਚੰਦੂ ਮਹਿਰਾ ਸਾਹਿਬ ਹਾਰ ਕੇ ਵੀ ਇੱਥੇ ਰਹੇ, ਇਹਨਾਂ ਦੇ ਦੋਨੋਂ ਉਮੀਦਵਾਰ ਪਹਿਲਾਂ ਬਿੱਟੂ ਇੱਥੋਂ ਜਿੱਤਿਆ, ਉਹ ਲੁਧਿਆਣੇ ਚਲਾ ਗਿਆ, ਭਗੌੜਾ ਹੋ ਗਿਆ। ਮਨੀਸ਼, ਇਹ ਫਿਟ ਇੰਡੀਆ ਦਾ ਨਾਰਾ ਦਿੰਦੇ ਆ, ਫਿਟ ਦੇਣ ਦੇ ਕੈਂਡੀਡੇਟ ਬਹੁਤ ਰਹੀ, ਲੁਧਿਆਣੇ ਤੋਂ ਭੱਜ ਕੇ ਰੋਪੜ ਆਏ, ਰੋਪੜ ਤੋਂ ਭੱਜ ਕੇ ਚੰਡੀਗੜ੍ਹ ਪਹੁੰਚ ਗਏ, ਬਹੁਤ ਬੀਜੇਪੀ ਜਿੱਤੀ ਤਿੰਨ ਕੰਮ ਕਿਹੜੇ ਕਰਾਓਗੇ? ਇੱਥੋਂ ਭਾਜਪਾ ਦਾ ਉਮੀਦਵਾਰ ਜਿੱਤਦਾ, ਵੱਡਾ ਇੱਕ ਸਿਹਤ ਕੇਂਦਰ ਇੱਥੇ ਜਿਹੜਾ ਹੈ, ਵੱਡਾ ਲੋਕ ਸਭਾ ਪੱਧਰ ਦਾ ਸਿਹਤ ਕੇਂਦਰ ਲੈ ਕੇ ਆਵਾਂਗੇ, ਲੋਕਾਂ ਦੀ ਸਿਹਤ ਚੰਗੀ ਹੋਊਗੀ ਤਾਂ ਨਵੇਂ ਸਮਾਜ ਦੀ ਸੇਵਾ ਕਰਨਗੇ। ਦੂਜਾ ਵੱਡੀ ਨੈਸ਼ਨਲ ਯੂਨੀਵਰਸਿਟੀ ਤੇ ਮੈਰੀਟੋਰੀਅਸ ਸਕੂਲ ਲੈ ਕੇ ਆਵਾਂਗੇ, ਜਿਹਦੇ ਨਾਲ ਆਉਣ ਵਾਲੀ ਪੀੜ੍ਹੀ ਆ ਜਿਹੜੀ ਇੱਥੋਂ। ਥਰਡ, ਸਭ ਤੋਂ ਵੱਡਾ ਕੰਮ ਆ ਜਿਹੜਾ ਅੱਜ ਦਾ ਨੌਜਵਾਨ ਦਾ ਸਭ ਤੋਂ ਮੇਨ ਮੁੱਦਾ ਰੁਜ਼ਗਾਰ ਦਾ ਹੈ, ਸਭ ਤੋਂ ਜ਼ਿਆਦਾ ਇੰਡਸਟਰੀ ਆ ਜਿਹੜੀ ਉਹ ਇੱਥੇ ਜਿਹੜੀ ਹੈ। ਆਮ ਆਦਮੀ ਪਾਰਟੀ ਜਿੱਤੀ, ਤਿੰਨ ਕੰਮ ਕੀ ਕਰਾਓਗੇ? ਕਾਂਗਰਸ ਸਾਹਿਬ ਕੀ ਕਰੇ? ਕੋਵਿਡ ਵਿੱਚ ਲੋਕ ਮਰ ਰਹੇ ਤੇ ਤਾੜੀਆਂ ਹੋਰ ਕੈਂਟਲਾਂ ਚ ਗਵਾ ਰਹੇ ਤੇ ਜੀ। ਕਾਲਾ ਤਾਂ ਲੈ ਲਾ ਵਾਪਸ ਆਇਆ, ਰਾਮ ਮੰਦਿਰ ਬਣਾ ਕੇ ਕਿਤੇ ਭੇਦਭਾਵ ਪਾ ਕੇ ਵੋਟਾਂ ਨੀ ਮਿਲਣੀਆਂ। ਤਿੰਨ ਕੰਮ ਜੇਕਰ ਆਮ ਆਦਮੀ ਪਾਰਟੀ ਜਿੱਤੀ, ਤਿੰਨ ਕੰਮ ਕਿਹੜੇ ਕਰਾਓ? ਇੱਕ ਸੈਕਿੰਡ ਪੰਜਾਬ ਦੇ ਸੂਬੇ ਦੇ ਅਧਿਕਾਰਾਂ ਦੀ ਦੂਸਰੀ ਲੜਾਈ ਸਾਡੀ ਹੋਏਗੀ ਕਿ ਸਾਡੀ ਜਿਹੜੀ ਬੈਲਟ ਹੈਗੀ ਆ ਸਤਲੁਜ ਵਾਲੀ, ਸਤਲੁਜ ਦੇ ਕੰਢੇ ਤੇ ਹੈਗੀ ਹੈ। ਠੀਕ ਹੈ ਇਹਦੇ ਵਿੱਚ ਵੱਡੇ ਪੱਧਰ ਤੇ ਇੰਡਸਟਰੀਅਲ ਪੈਕੇਜ, 10 ਸਾਲ ਬੀਜੇਪੀ ਦੀ ਸਰਕਾਰ ਕੇਂਦਰ ਚ ਰਹੀ ਹੈ ਐਬਸੋਲਿਊਟ ਮੈਜੋਰਿਟੀ ਦੇ ਨਾਲ, ਅਕਾਲੀ ਦਲ ਉਹਦਾ ਭਾਗੀਦਾਰ ਰਿਹਾ ਹੈ। ਤਿੰਨ ਕੰਮ ਦੱਸੋ ਜਲਦੀ, ਤਿੰਨ ਕੰਮ ਦੱਸੋ। ਤੀਸਰਾ ਕੰਮ ਸਾਡੇ ਉੱਥੇ ਸਭ ਤੋਂ ਜ਼ਿਆਦਾ ਸਾਡੀ ਇਸ ਕੰਸਟੀਚੁਐਂਸੀ ਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਸੈਕਸ਼ਨ 4 ਔਰ ਸੈਕਸ਼ਨ 5 ਜਗਲਾਤ ਨੇ ਕੀਤਾ ਹੈਗਾ। ਜਦ ਤੱਕ ਉਹ ਦਫਾ ਨਹੀਂ ਹਟਦੀ ਹੈਗੀ ਤਾਂ ਜਿਹੜਾ ਆਪਣਾ ਕੰਮ ਹੈਗਾ ਉਹ ਕਿਸਾਨ ਆਪਣੇ ਖੇਤ ਵਿੱਚ ਕੰਮ ਨਹੀਂ ਕਰ ਸਕਦਾ ਹੈਗਾ, ਆਪਣਾ ਰੈਵਨਿਊ ਨਹੀਂ ਜਨਰੇਟ ਕਰ ਸਕਦਾ ਹੈਗਾ। ਭਾਜੀ ਦੇਖੋ, ਸਕੂਲ ਆਫ ਐਮੀਨੇਸ਼ਨ ਰੋਪੜ ਦੇ ਵਿੱਚ ਤੁਹਾਡੇ ਲੱਗੀ। ਤਿੰਨ ਕੰਮ ਦੱਸ ਦੋ ਹੁਣ, ਜੇ ਆਨੰਦਪੁਰ ਲਈ ਕੀ ਕਰੋ? ਦੇਖ ਲੋ ਹਾਂਜੀ, ਜਿਹੜੇ ਹੋਰ ਕਰਾਂਗੇ ਜੇਕਰ ਜਿੱਤਦੇ ਹੋ। ਇੱਕ ਸੈਕਿੰਡ, ਜਿਹੜੇ 8000 ਕਰੋੜ ਸਾਡਾ ਰੋਕਿਆ ਹੋਇਆ, ਪਹਿਲਾਂ ਤਾਂ ਉਹ ਲੈ ਕੇ ਆਉਣਾ, ਸਾਡੇ ਜਿਹੜਾ ਹੱਕ ਬਣਦਾ ਜਿਹੜਾ ਸਰਕਾਰ ਨੇ ਬੀਜੇਪੀ ਨੇ ਰੋਕਿਆ। ਦੋ ਕੰਮ ਹੋਰ ਦੱਸੋ, ਦੋ ਕੰਮ ਜਿਹੜਾ ਫੰਡ, ਜਿਹੜੇ ਕੰਮ ਜਿਹੜੇ ਤੁਸੀਂ ਕਹਿੰਦੇ ਕਰਨੇ ਆ, ਰੁਕੇ ਹੋਏ ਫੰਡ ਲੈ ਕੇ ਆਵਾਂ, ਇਹਨਾਂ ਕੋਲੋਂ ਲੈ ਕੇ ਆਵਾਂਗੇ, ਇਹਨਾਂ ਕੋਲ ਲੈ ਕੇ ਆਵਾਂਗੇ। ਦੋ ਕੰਮ ਹੋਰ, ਦੂਜਾ ਕੰਮ ਇਹ ਹੋਗਾ ਜੀ, ਪੂਰਾ ਜਿੰਨਾ ਹੈਗਾ ਜੀ, ਜਿੰਨਾ ਕਿ ਨੰਦ ਸਾਹਿਬ ਏਰੀਆ ਬਹੁਤ ਸਾਫ਼ ਸੁਥਰਾ ਏਰੀਆ, ਸੁੰਦਰ ਏਰੀਆ, ਧਾਰਮਿਕ ਏਰੀਆ, ਗੁਰੂ ਸਾਹਿਬ ਇੱਥੇ ਆਏ ਹੋਏ ਨੇ, ਇਹਨੂੰ ਪੂਰਾ ਇਹਨੂੰ ਵਰਲਡ ਮੈਪ ਤੇ ਲੈ ਕੇ ਆਵਾਂਗੇ। ਤੀਸਰਾ ਕੰਮ ਇਹ ਜੀ, ਜਿਹੜਾ ਟ੍ਰੈਫਿਕ ਸਮੱਸਿਆ ਜਿਹੜੀ ਇੱਥੇ ਹੈਗੀ ਆ, ਪੂਰੇ ਜਿੱਥੇ ਦੇਖਦੇ ਆਪਾਂ, ਤੁਸੀਂ ਜਾ ਕੇ ਦੇਖੋ ਜਗ੍ਹਾ ਜਗ੍ਹਾ ਦੇ ਉੱਤੇ। ਹਾਂਜੀ, ਜਵਾਬ ਲੈ ਲਿਓ ਜੀ। ਆਨੰਦਪੁਰ ਸਾਹਿਬ ਕੰਸਟੀਚੁਐਂਸੀ ਖਤਮ ਹੁੰਦੀ ਸਾਰ ਇਹਨਾਂ ਦਾ ਫਰੈਂਡਲੀ ਮੈਚ ਸ਼ੁਰੂ ਹੋ ਜਾਂਦਾ। ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਚੋਰ ਮਸੇਰੇ ਭਾਈ ਇਕੱਠੇ ਹੋਏ ਹੋਏ ਆ ਪੰਜਾਬ ਦੇ ਵਿੱਚ। ਸਰ, ਇਹਨਾਂ ਤੋਂ ਇਹ ਪੁੱਛਿਆ ਜਾਵੇ, ਇਹਨਾਂ ਦਾ ਅਲਾਇੰਸ ਪੰਜਾਬ ਚ ਕਿਉਂ ਨਹੀਂ ਹੋਇਆ? ਸਰ, ਇਹਨਾਂ ਦਾ ਦਿੱਲੀ ਚ ਕਿਉਂ ਹੋਇਆ? ਜਵਾਬ ਲੈ ਲਈ ਇੱਕ ਮਿੰਟ ਪੁੱਛੋ ਜੀ ਪਹਿਲਾਂ ਤੋਂ। ਆ ਖੜਾ ਜੀ, ਨੋ ਜਵਾਬ ਲੈ ਲਈ ਜਵਾਬ ਨੋ ਮਾਸ ਦਾ ਰਿਸ਼ਤਾ ਕਹਿੰਦੇ ਸੀ, ਇਹ ਕਹਿੰਦੇ ਸਾਡਾ ਨੋ ਮਾਸ ਦਾ ਰਿਸ਼ਤਾ,
ਆਹ ਮਾਸ ਖੜਾ ਨੌ ਖੜੇ ਆ ਐਡੇ ਵਿੱਚ ਵੜ ਗਏ ਪੈਰਾਂ ਚ ਕੱਢਣੇ ਕੱਢ ਕੱਢ ਕੇ ਬਾਹਰ ਸੁੱਟਦੇ ਇਹਨਾਂ ਨੂੰ ਜਾ ਕੇ ਠੀਕ ਹੈ ਕੰਮ ਜੇ ਕਾਂਗਰਸ ਦੁਆਰਾ ਜਿੱਤਦੀ ਹੈ ਜਿਹੜੇ ਕੰਮ ਨਹੀਂ ਹੋ ਸਕੇ ਉਹ ਦੱਸ ਦੋ ਕਿ ਇੱਕ ਸੈਕਿੰਡ ਤੁਹਾਡੇ ਘਰ ਤੁਹਾਡੇ ਮੈਂ ਇਹ ਨਹੀਂ ਗੱਲ ਕਹਿ ਰਿਹਾ ਮੈਂ ਇੱਕ ਗੱਲ ਕਹਿ ਰਿਹਾ ਟਾਈਮ ਹੋ ਗਿਆ ਅਸੀਂ ਦੇਖਿਆ ਇਸ ਵੇਲੇ ਅਸੀਂ ਖੁੱਲੇ ਅਖਾੜੇ ਦੇ ਵਿੱਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੀ ਮਾਹੌਲ ਹੈ ਕਿਸ ਤਰੀਕੇ ਨਾਲ ਚੁਣਾਵੀ ਅਖਾੜਾ ਪੱਕਿਆ ਔਰ ਸਿਆਸੀ ਮਜ਼ਮਾ ਜਿਹੜਾ ਵੈਕਗ੍ਰਾਉਂਡ ਸੀ ਮੰਤਰੀ ਅਤੇ ਸੁਖਜਿੰਦਰ ਦੇ ਨਾਲ ਦਿਖਾ